ਸਤਿਕਾਰਯੋਗ ਸਾਧ ਸੰਗਤ ਜੀ, ਇਹ ਦੁਨੀਆ ਇਸ ਵੇਲੇ ਇੱਕ ਬੜੀ ਮੁਸ਼ਕਲ ਦੀ ਘੜੀ 'ਚੋਂ ਲੰਘ ਰਹੀ ਹੈ। ਜੋ ਮਹਾਮਾਰੀ ਫੈਲੀ ਹੋਈ ਹੈ ਜਾਂ ਬੜੀ ਤੇਜ਼ੀ ਨਾਲ ਫੈਲ ਰਹੀ ਹੈ, ਤੁਸੀਂ ਸਾਰੇ ਰੋਜ਼ ਖਬਰਾਂ ਸੁਣਦੇ ਹੋਗੇ, ਕੁਛ ਠੀਕ ਵੀ ਕੁਛ ਗਲਤ ਵੀ। ਆਪਣੇ ਵਾਸਤੇ ਬਚਾਅ ਦਾ ਕੀ ਢੰਗ ਹੈ? ਜੋ ਦੁਨੀਆਦਾਰੀ ਦੇ ਬਚਾਅ ਨੇ ਉਹ ਆਪਾਂ ਕਰਦੇ ਹਾਂ, ਪਰ ਜਿੰਨੀ ਸਪੀਡ ਨਾਲ ਫੈਲ ਰਹੀ ਹੈ ਉਹਦੇ ਵਿੱਚ ਦੁਨੀਆਦਾਰੀ ਦੇ ਬਚਾਅ ਬਹੁਤੇ ਜ਼ਿਆਦਾ ਕੰਮ ਨਹੀਂ ਆਉਂਦੇ। ਉਹ ਫਰਜ਼ ਉਹ ਹਰ ਕੋਈ ਕਰਦਾ ਹੀ ਹੈ, ਪਰ ਉਹ ਬਹੁਤ ਜ਼ਿਆਦਾ ਕੰਮ ਨਹੀਂ ਆਉਂਦੇ। ਇਹੋ ਜਿਹੀਆਂ ਮੁਸ਼ਕਲਾਂ ਵੇਲੇ ਉਸ ਪਾਤਸ਼ਾਹ ਨੂੰ ਯਾਦ ਕਰੀਏ ਜਿਨ੍ਹਾਂ ਨੇ ਆਪਣੀ ਹਰ ਥਾਂ ਰੱਖਿਆ ਕੀਤੀ ਹੈ। ਇੱਕ ਵਾਰੀ ਬੜੇ ਪਿਆਰ ਨਾਲ ਆਖੀਏ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਤੁਸੀਂ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ, ਨੇੜੇ ਰਹੇ ਨੇ। ਜੇ ਆਪਾਂ ਅੱਜ ਤੋਂ 20 ਸਾਲ ਪਿੱਛੇ ਚਲੇ ਜਾਈਏ, ਜਦੋਂ ਵੀ ਦੁਨੀਆ 'ਤੇ ਕੋਈ ਮੁਸ਼ਕਲ ਆਈ, ਸੱਚੇ ਪਾਤਸ਼ਾਹ ਨੇ ਕੀ ਹੁਕਮ ਕੀਤੇ ਉਹ ਜੇ ਆਪਾਂ ਯਾਦ ਕਰੀਏ, ਤਾਂ ਸੱਚੇ ਪਾਤਸ਼ਾਹ ਨੇ ਇਹ ਹੁਕਮ ਕੀਤਾ ਕਿ ਆਪਾਂ ਵੱਧ ਤੋਂ ਵੱਧ ਸਿਮਰਨ ਕਰੀਏ। ਆਪਣੀ ਰੱਖਿਆ ਉਸ ਚੀਜ਼ ਨੇ ਹੋਣੀ ਹੈ, ਕਿਉਂਕਿ ਇਹ ਆਪਾਂ ਵਿਸ਼ਵਾਸ ਕਰ ਲਈਏ ਕੋਈ ਵਾਇਰਸ, ਕੋਈ ਬਿਮਾਰੀ, ਕੋਈ ਮਹਾਂਮਾਰੀ ਉਸ ਮਾਲਕ ਦੇ ਹੁਕਮ ਤੋਂ ਬਾਹਰ ਨਹੀਂ। ਉਹਦੇ ਹੁਕਮ ਤੋਂ ਬਿਨਾਂ ਕੁਛ ਵੀ ਨਹੀਂ ਲੱਗਦਾ। ਆਪਣੀ ਰੱਖਿਆ ਕਰਨ ਵਾਲੀ ਉਹ ਚੀਜ਼ ਹੈ, ਉਹ ਸੱਚੇ ਪਾਤਸ਼ਾਹ ਹੁਕਮ ਕੀਤਾ ਹੀ ਹੈ, ਸਰਬ ਰੋਗ ਕਾ ਔਖਦ ਨਾਮ। ਉਹਦੇ 'ਚ ਮਨ ਦੇ ਰੋਗ ਤਾਂ ਆਉਂਦੇ ਹੀ ਨੇ, ਪਰ ਉਹਦੇ ਵਿੱਚ ਤਨ ਦੇ ਰੋਗ ਵੀ ਆ ਜਾਂਦੇ ਨੇ। ਇਹ ਆਪਾਂ ਨਾ ਸਮਝੀਏ ਕਿ ਕੋਈ ਵੀ ਬਿਮਾਰੀ ਉਹਨਾਂ ਦੇ ਹੁਕਮ ਤੋਂ ਬਾਹਰ ਹੈ। ਇਸ ਕਰਕੇ ਜਿਹੜੇ ਤੁਸੀਂ ਇੱਥੇ ਆਏ ਹੋ, ਜਿਹੜੇ ਨਹੀਂ ਵੀ ਆਏ ਉਹ ਸੁਣਦੇ ਹੋਣਗੇ, ਸਾਰਿਆਂ ਨੂੰ ਅਰਜ਼ ਬੇਨਤੀ ਹੈ ਕਿ ਖਾਸ ਕਰਕੇ ਇਸ ਮੁਸ਼ਕਲ ਦੀ ਘੜੀ ਵਿੱਚ ਆਪਾਂ ਨਾਮ ਸਿਮਰਨ ਵੱਧ ਤੋਂ ਵੱਧ ਵਧਾ ਦਈਏ। ਤੁਸੀਂ ਜੇ ਆਪਾਂ ਦੇਖਦੇ ਹਾਂ, ਕਿਸੇ ਨੇ 2-4 ਦਿਨ ਪਹਿਲੇ ਇੱਕ ਵੀਡੀਓ ਇਟਲੀ ਦੀ ਭੇਜੀ ਸੀ। ਖਾਸ ਕਰਕੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਇਸ ਬਿਮਾਰੀ ਕਰਕੇ, ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਹੈ, ਉਹ ਦੇਖ ਕੇ ਡਰ ਲੱਗਦਾ। ਇਸ ਡਰ ਵਿੱਚ, ਇਸ ਟਾਈਮ ਵਿੱਚ ਆਪਾਂ ਆਪਣਾ ਜਿਸ ਚੀਜ਼ ਨੇ ਆਪਣੀ ਰੱਖਿਆ ਕਰਨੀ ਹੈ ਉਹ ਨਾਮ ਸਿਮਰਨ ਨੇ ਕਰਨੀ ਹੈ। ਆਪਾਂ ਵੱਧ ਤੋਂ ਵੱਧ ਕਰੀਏ, ਨਾ ਸਿਰਫ ਆਪਾਂ ਆਪਣੇ ਵਾਸਤੇ ਅਰਦਾਸ ਕਰੀਏ, ਆਪਾਂ ਸਾਰਿਆਂ ਦਾ ਭਲਾ ਮੰਗਣ ਵਾਲੇ ਹਾਂ। ਆਪਾਂ ਨੂੰ ਉਹ ਸੱਚੇ ਪਾਤਸ਼ਾਹ ਨੇ ਸਿਖਾਇਆ, ਆਪਾਂ ਨਾਮ ਸਿਮਰਨ ਕਰਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸਾਰਿਆਂ ਦੀ ਰੱਖਿਆ ਕਰਨ। ਦੁਨੀਆਦਾਰੀ ਦੇ ਹਿਸਾਬ ਨਾਲ ਮੈਂ ਇੰਨੀ ਅਰਜ਼ ਬੇਨਤੀ ਜ਼ਰੂਰ ਕਰਾਂਗਾ, ਬਾਕੀ ਤੁਸੀਂ ਸੁਣਦੇ ਹੋ ਦੇਖਦੇ ਹੋ। ਇੱਕ ਤਾਂ ਖਾਸ ਕਰਕੇ ਬਜ਼ੁਰਗਾਂ ਦਾ ਜ਼ਰੂਰ ਜ਼ਿਆਦਾ ਬਚਾਅ ਰੱਖੋ, ਜਿਨ੍ਹਾਂ ਦੇ ਘਰਾਂ ਵਿੱਚ ਵੀ ਬਜ਼ੁਰਗ ਨੇ, ਆਪਣੇ ਬਜ਼ੁਰਗਾਂ ਦਾ ਡੇਰਾ ਵੀ ਹੈ, ਉਹ ਖਾਸ ਕਰਕੇ ਧਿਆਨ ਰੱਖੋ ਕਿਸੇ ਤਰ੍ਹਾਂ ਦਾ ਵੀ, ਕਿਉਂਕਿ ਉਹਨਾਂ ਦੀ ਸਿਹਤ ਕਮਜ਼ੋਰ ਹੋਣ ਕਰਕੇ, ਜ਼ਿੰਦਗੀ ਦੇ ਉਸ ਅਖੀਰਲੇ ਪੜਾਅ 'ਤੇ ਹੋਣ ਕਰਕੇ ਬਿਮਾਰੀ ਉੱਥੇ ਉਹਨਾਂ ਨੂੰ ਛੇਤੀ ਲੱਗਦੀ ਹੈ। ਦੂਜੀ ਚੀਜ਼ ਮੈਂ ਅਰਜ਼ ਕਰਨੀ ਚਾਹੁੰਦਾ ਕਿ ਬਾਕੀ ਚੀਜ਼ਾਂ ਤੋਂ ਖਾਸ ਕਰਕੇ ਆਪਾਂ ਧਿਆਨ ਰੱਖੀਏ, ਜੋ ਸੱਚੇ ਪਾਤਸ਼ਾਹ ਦੀ ਮਰਿਆਦਾ। ਆਪਾਂ ਗੰਦੇ ਮੰਦੇ ਥਾਂ ਹੱਥ ਲਾ ਕੇ ਮੂੰਹ ਨੂੰ ਲਾ ਲੈਂਦੇ ਹਾਂ। ਮੈਂ ਬਹੁਤ ਸਾਰੇ ਦੇਖਿਆ ਜਿਹੜੇ ਅਸੀਂ ਸੱਚੇ ਪਾਤਸ਼ਾਹ ਦੇ ਕੋਲ
ਪਲੇ ਹਾਂ ਉਹ ਦੇਖ ਕੇ ਉਹਨਾਂ ਨੂੰ ਅਜੀਬ ਲੱਗਦਾ। ਕਈ ਜੋੜਿਆਂ ਨੂੰ ਵੀ ਹੱਥ ਲਾ ਕੇ ਉਸ ਤਰ੍ਹਾਂ ਹੀ ਮੂੰਹ ਨੂੰ ਲਾ ਲੈਂਦੇ ਨੇ, ਹੱਥ ਧੋਂਦੇ ਨਹੀਂ, ਬਹੁਤੇ ਲਾ ਲੈਂਦੇ ਨੇ, ਥੋੜ੍ਹੇ ਨਹੀਂ ਬਹੁਤੇ ਲਾ ਲੈਂਦੇ ਨੇ। ਫਿਰ ਮੈਂ ਅੱਗੇ ਵੀ ਉਸ ਦਿਨ ਵੀ ਗੱਲ ਕੀਤੀ ਸੀ, ਆਪਾਂ ਮਾਇਆ ਪਤਾ ਨਹੀਂ ਤੁਹਾਡੇ ਜਿਹੜੇ ਨੋਟ ਨੇ ਉਹ ਕਿਹਦੇ ਕਿਹਦੇ ਕੋਲੋਂ ਕਿੰਨੇ ਕਿੰਨੇ ਗੰਦੇ ਥਾਂ ਤੋਂ ਹੋ ਕੇ ਆਏ ਨੇ, ਆਪਾਂ ਉਹਨਾਂ ਨੂੰ ਹੱਥ ਲਾ ਕੇ ਮੁੜ ਕੇ ਉਸ ਤਰ੍ਹਾਂ ਉਹ ਵੀ ਹੱਥ ਆਪਾਂ ਮੂੰਹ ਨੂੰ ਲਾ ਲੈਂਦੇ ਹਾਂ, ਮੂੰਹ 'ਚ ਪਾ ਵੀ ਲੈਂਦੇ ਹਾਂ। ਇਹ ਜ਼ਰੂਰ ਬਚਾ ਕਰੋ, ਹੱਥ ਵੱਧ ਤੋਂ ਵੱਧ ਤੁਸੀਂ ਧੋਵੋ। ਜਦੋਂ ਕਿਤੇ ਵੀ ਤੁਹਾਡਾ ਹੱਥ ਲੱਗ ਗਿਆ, ਪਹਿਲਾਂ ਤਾਂ ਇਹ ਪਰਹੇਜ਼ ਹੀ ਕਰੋ ਕਿ ਮੇਰਾ ਹੱਥ ਗੰਦੇ ਮੰਦੇ ਥਾਂ ਨਾ ਲੱਗੇ। ਜੇ ਲੱਗ ਹੀ ਗਿਆ ਤਾਂ ਫਿਰ ਇਹ ਜ਼ਰੂਰ ਧਿਆਨ ਕਰੋ ਕਿ ਮੈਂ ਹੱਥ ਛੇਤੀ ਤੋਂ ਛੇਤੀ ਧੋ ਲਵਾਂ। ਇਸ ਕਰਕੇ ਬਚਾ ਸੱਚ ਪਾਤਸ਼ਾਹ ਕਰਨਾ, ਉਹਨਾਂ ਦੇ ਚਰਨਾਂ ਵਿੱਚ ਅਰਜੇ ਕਿ ਬਖਸ਼ਿਸ਼ ਕਰੋ, ਕਿਰਪਾ ਇਹ ਕਰਨ ਕਿ ਕੋਈ ਦੁਖੀਆ ਨਾ ਰਹੇ, ਆਪਣੇ ਸਾਰਿਆਂ ਦੀ ਰੱਖਿਆ ਕਰਨ। ਆਪਣਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਵੱਧ ਤੋਂ ਵੱਧ, ਉਹ ਹੀ ਸੱਚ ਪਾਤਸ਼ਾਹ ਦਾ ਹੁਕਮ ਦੁਹਰਾਉਂਦਿਆਂ ਹੋਇਆਂ ਕਿ ਆਪਾਂ ਵੱਧ ਤੋਂ ਵੱਧ ਨਾਮ ਸਿਮਰਨ ਕਰੀਏ। ਜਿੰਨਾ ਚਿਰ ਇਹ ਤਕਲੀਫ ਹੈ ਜਿਹੜਾ ਤੁਸੀਂ ਕਰਦੇ ਹੋ, ਉਸ ਤੋਂ ਵੱਖਰਾ ਨਾਮ ਸਿਮਰਨ ਕਰਕੇ ਵੀ ਅਰਜ਼ ਕਰੀਏ ਕਿ ਕਿਰਪਾ ਹੋ ਰਹੇ ਅਤੇ ਛੇਤੀ ਤੋਂ ਛੇਤੀ ਇਹ ਖਤਮ ਹੋਵੇ। ਇੰਨੀ ਅਰਜ਼ ਕਰਕੇ ਆਗਿਆ ਲੈਣਾ। ਸਤਿ ਸ਼੍ਰੀ ਅਕਾਲ।